2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਸ਼ਾਂਤ ਕਿਸ਼ੋਰ ਹੋਣਾ ਨੇ ਬਿਗਲ ਵਜਾ ਦਿੱਤਾ। ਸਾਡੇ ਨਾਲ ਕੁਲਦੀਪ ਵੈਦ ਹਨ। ਵੈਦ ਸਾਹਿਬ, ਪ੍ਰਸ਼ਾਂਤ ਕਿਸ਼ੋਰ ਪੰਜਾਬ ਦੇ ਵਿੱਚ ਆ ਚੁੱਕੇ ਨੇ ਤੇ 37 MLA ਜਿਹੜੇ ਪਹਿਲੀ ਵਾਰ ਬਣੇ ਸਨ ਉਹਨਾਂ ਨਾਲ ਬੈਠਕਾਂ ਕਰ ਰਹੇ ਨੇ। ਚਰਚਾ ਇਹ ਹੈ ਕਿ ਜੋ ਤੁਹਾਡੇ ਹਲਕਿਆਂ 'ਚ ਕੰਮ ਨਹੀਂ ਹੋਏ ਸਨ ਉਹ ਚੀਜ਼ਾਂ ਹੁਣ ਤੁਸੀਂ ਦੱਸ ਰਹੇ ਹੋ ਕਿ ਜੇ ਰਿਪੀਟ ਕਰਾਉਣਾ ਤਾਂ ਕੰਮ ਕਰਾਉਣੇ ਜ਼ਰੂਰੀ ਨੇ। ਦੇਖੋ, ਇਸ ਤਰ੍ਹਾਂ ਮੈਂ ਬਿਲਕੁਲ ਸੈਟੀਸਫਾਈਡ ਹਾਂ। ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਸਾਰੇ ਮੀਡੀਆ ਵਾਲਿਆਂ ਨੂੰ ਕਿ ਗਿੱਲ ਹਲਕਾ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ। ਤੁਹਾਨੂੰ ਪਤਾ ਲੱਗੂਗਾ ਕਿ ਉੱਥੇ ਕੀ ਕੰਮ ਹੋਇਆ ਕੀ ਨਹੀਂ। ਲੋਕਾਂ ਨੂੰ ਜਾ ਕੇ ਤੁਸੀਂ ਪੁੱਛੋ, ਫਿਰ ਤਸੱਲੀ ਹੋਊਗੀ। ਮੈਂ ਤਾਂ ਕਹੂੰਗਾ ਹੀ ਇੰਨੇ ਵਧੀਆ ਕੰਮ ਇਸ ਤੋਂ ਪਹਿਲਾਂ ਕਦੇ ਨਹੀਂ ਹੋਏ ਜੋ 4 ਸਾਲਾਂ 'ਚ ਅਸੀਂ ਗਿੱਲ ਹਲਕੇ 'ਚ ਕੀਤੇ ਹਾਂ। ਇਹ ਤੁਸੀਂ ਜਾ ਕੇ ਉੱਥੇ ਦੇਖੋ, ਤਕਰੀਬਨ 170 ਕਰੋੜ ਰੁਪਈਆ, ਇਹ ਕੋਈ ਛੋਟੀ ਜਿਹੀ ਗੱਲ ਨਹੀਂ, ਗਿੱਲ ਹਲਕੇ 'ਚ ਲੱਗਿਆ ਹੋਇਆ। ਠੀਕ ਹੈ, ਸਾਡੀਆਂ ਸਾਰੀਆਂ ਸੜਕਾਂ, ਮੇਰੀਆਂ 17 ਸੜਕਾਂ ਸਿਰਫ ਪੈਂਡਿੰਗ ਨੇ, ਉਹ ਹੁਣ ਪਾਸ ਹੋ ਰਹੀਆਂ ਨੇ, ਅਸੀਂ ਅਗਲੇ 2 ਮਹੀਨਿਆਂ 'ਚ ਬਣਾ ਦੇਵਾਂਗੇ ਐਂਡ ਖੂਬਸੂਰਤ ਹੋਣਗੀਆਂ। ਹਰ ਪਿੰਡ ਦੇ ਵਿੱਚ ਇੰਟਰਲੋਕਿੰਗ ਟਾਇਲ ਲੱਗ ਰਹੀ ਹੈ। ਆਹ ਜਿਹੜੇ ਹੁਣ ਸਾਡੇ ਕੋਈ ਧਰਮਸ਼ਾਲਾ ਸਾਡੀਆਂ ਕੁਛ ਰਹਿ ਗਈਆਂ, ਉਹਨਾਂ ਨੂੰ ਅਸੀਂ ਹੁਣ ਗ੍ਰਾਂਟਾਂ ਦੇਣ ਵਾਸਤੇ ਜਾ ਰਹੇ ਹਾਂ। ਕੁਛ ਨਵੀਆਂ ਸੜਕਾਂ ਕੈਪਟਨ ਅਮਰਿੰਦਰ ਸਿੰਘ ਨੇ, ਮੈਂ ਧੰਨਵਾਦੀਆਂ ਦਿੱਤੀਆਂ ਨੇ, 30 ਕਿਲੋਮੀਟਰ ਅਸੀਂ ਉਹ ਪੂਰੀਆਂ ਕਰ ਲਾਂਗੇ। ਮੇਰਾ ਨਹੀਂ ਖਿਆਲ ਕੋਈ ਐਸੀ ਬੇਸਿਕ ਸਹੂਲਤ ਸਾਡੇ ਪਿੰਡਾਂ ਜਾਂ ਸ਼ਹਿਰਾਂ ਨੂੰ ਰਹਿ ਜਾਏਗੀ ਜਿਹੜੀ ਅਸੀਂ ਨਹੀਂ ਦੇ ਪਾਵਾਂਗੇ। 2 ਚੀਜ਼ਾਂ ਦੇ ਉੱਤੇ ਮੈਂ ਫੋਕਸ ਕੀਤਾ, ਇੱਕ ਐਜੂਕੇਸ਼ਨ ਦੇ ਉੱਤੇ, ਇੱਕ ਟਰਾਂਸਪੋਰਟ ਦੇ ਉੱਤੇ। ਸਾਨੂੰ 7 ਲਾਇਸੈਂਸ ਮਿਲੇ ਨੇ ਨਵੇਂ ਟਰਾਂਸਪੋਰਟ ਦੇ ਸਾਡੇ ਬੰਦਿਆਂ ਨੂੰ, ਕਿਉਂਕਿ ਰੂਰਲ ਸਰਵਿਸ ਦੇ ਵਿੱਚ ਸਾਨੂੰ ਲੋਕਾਂ ਦੀ ਕੰਪਲੇਂਟ ਆ ਰਹੀ ਸੀ। ਉਹ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਅਸੀਂ ਸਾਰੇ ਉਹਨਾਂ ਨੂੰ ਬਾਉਂਡ ਕਰੀਏ ਕਿ ਜਿਹਨੂੰ ਪਰਮਿਟ ਮਿਲਿਆ ਉਹ 1 ਮਹੀਨੇ ਦੇ ਵਿੱਚ ਗੱਡੀਆਂ ਚਲਾ ਦੇਣ, ਸੈਟੀਸਫੈਕਸ਼ਨ ਹੋ ਜੇ। 2022 ਨੂੰ ਲੈ ਕੇ ਜੇ ਆਪਾਂ ਕਹੀਏ ਤਾਂ ਬਿਗਲ ਵਜਾ ਦਿੱਤਾ ਹੈਗਾ ਤੇ ਪੂਰੀ ਪਲੈਨਿੰਗ ਸੈਂਟ ਬਿਗਲ ਵਜਾਤਾ ਜੀ, ਅਸੀਂ ਤਿਆਰ ਹਾਂ। ਐਂਡ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਗਿੱਲ ਹਲਕੇ ਦੇ ਵਿੱਚ ਅਸੀਂ ਬਹੁਤ ਵੱਡੇ ਮਾਰਜਨ ਨਾਲ ਜਿੱਤਾਂਗੇ। ਅਸੀਂ ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਥਾਪੀ ਦੇ ਨਾਲ ਉਦੋਂ ਅਸੀਂ ਗਿੱਲ ਹਲਕੇ ਨੂੰ ਜਿੱਤਿਆ ਜਦੋਂ ਸਾਰੀ ਦੁਨੀਆ ਕਹਿੰਦੀ ਸੀ ਆਮ ਆਦਮੀ ਪਾਰਟੀ ਜਿੱਤੂਗੀ, 2000 ਵੋਟਾਂ ਨਾਲ ਲੋਕਾਂ ਨੇ ਮੈਨੂੰ ਜਿਤਾਇਆ। ਤਾਂ ਇਹ ਸਨ ਸਾਡੇ ਨਾਲ ਕੁਲਦੀਪ ਵੈਦ, ਜਿਨ੍ਹਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਹੋਣਾ ਨਾਲ ਇਹਨਾਂ ਦੀ ਜੋ ਮੁਲਾਕਾਤ ਹੋਈ ਹੈ ਉਹ ਇਹਨਾਂ ਦੇ ਹਲਕੇ ਦੇ ਵਿੱਚ ਜੋ ਕੰਮ ਕਰਵਾਏ ਗਏ ਹਨ ਉਹਦੀ ਚਰਚਾ ਹੋਈ ਹੈ। ਅਤੇ 2022 ਦੀ ਵਿਧਾਨ ਸਭਾ ਨੂੰ ਲੈ ਕੇ ਚਾਹੇ ਸਿਹਤ ਸਹੂਲਤਾਂ ਦੀ ਗੱਲ ਹੋਵੇ, ਸਿੱਖਿਆ ਦੀ ਗੱਲ ਹੋਵੇ ਜਾਂ ਹੋਰ ਇਹਨਾਂ ਦੇ ਸੂਬੇ ਹਲਕੇ ਦੇ ਵਿੱਚ ਜੋ ਕੰਮ ਹੋਏ ਹਨ ਉਹ ਤਮਾਮ ਇਹਨਾਂ ਨੇ ਫੀਡਬੈਕ ਜੋ ਹੈ ਪ੍ਰਸ਼ਾਂਤ ਕਿਸ਼ੋਰ ਨੂੰ ਦਿੱਤਾ। ਤਾਂ ਕਿਤੇ ਨਾ ਕਿਤੇ ਜੋ ਨਵੇਂ 37 ਵਿਧਾਇਕ 2017 ਦੇ ਵਿੱਚ ਵਿਧਾਨ ਸਭਾ ਪਹੁੰਚੇ ਸਨ, ਤਾਂ 2022 ਦੇ ਵਿੱਚ ਵੀ ਇਹਨਾਂ ਦੀ ਪੂਰੀ ਪਲੈਨਿੰਗ ਹੈ ਕਿ ਉਹਨਾਂ ਨੂੰ ਮੁੜ ਪਹੁੰਚਾਇਆ ਜਾਵੇ ਅਤੇ ਇਹਨਾਂ ਨੂੰ ਮੁੜ ਤਕੜੇ ਹੋਣ ਦਾ ਵੀ ਭਰੋਸਾ ਦਿੱਤਾ। ਅਤੇ ਨਵੇਂ ਵਿਧਾਇਕਾਂ ਦੇ ਉੱਤੇ ਕਿਤੇ ਨਾ ਕਿਤੇ ਕਾਂਗਰਸ ਸਰਕਾਰ ਭਰੋਸਾ ਜਿਤਾ ਰਹੀ ਹੈ ਕਿ ਇਹਨਾਂ ਨੂੰ ਹੀ ਰਿਪੀਟ ਕਰਵਾਇਆ ਜਾਣਾ। ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਰਾਜੇਸ਼ ਕੁਮਾਰ ਦੇ ਨਾਲ ETV ਭਾਰਤ ਲਈ ਵਰੁਣ ਪਾਟੀ।